ਕੱਲ੍ਹ ਇੱਕ ਦੋਚੀ ਉੱਥੇ ਅੰਗਰੇਜ਼ ਸਿੰਘ ਆ, ਸਨ ਆਫ ਜਰਨੇਲ ਸਿੰਘ, ਇਹਨੂੰ ਕੱਲ੍ਹ ਦੌਰਾਨੇ ਗਸ਼ਤ ਨਾਕਾਬੰਦੀ ਅਰੈਸਟ ਕੀਤਾ। ਇਹਦੀ ਗੱਡੀ ਵਿੱਚੋਂ ਸਾਨੂੰ 1430 ਨਸ਼ੀਲੀਆਂ ਗੋਲੀਆਂ ਵੱਖ ਵੱਖ ਮਾਰਕੇ ਦੀਆਂ ਬਰਾਮਦ ਹੋਈਆਂ ਵਾ, ਅਤੇ 15,200 ਡਰੱਗ ਮਣੀ ਵੀ ਮਿਲੀ ਆ। ਇਹ ਪੁੱਛ ਕੇ ਇਸ ਗੱਲ ਸਾਹਮਣੇ ਆਈ ਵੀ ਪਿੰਡਾਂ ਆਦਿ 'ਚ ਨਸ਼ੀਲੀਆਂ ਗੋਲੀਆਂ ਜਿਹੜੀਆਂ ਅੱਗੇ ਵੇਚਦਾ ਵਾ, ਅਤੇ ਇਹਦਾ ਢਿੱਲੋਂ ਮੈਡੀਕਲ ਸਟੋਰ ਨਾਂ ਦਾ ਮੈਡੀਕਲ ਸਟੋਰ ਵੀ ਹੈਗਾ ਬਾਬਾ ਸਾਡੇ 'ਤੇ, ਅਤੇ ਮੈਡੀਕਲ ਸਟੋਰ ਦੀ ਆੜ 'ਚ ਹੀ ਇਹ ਨਸ਼ੀਲੀਆਂ ਗੋਲੀਆਂ ਵੇਚਦਾ, ਅਤੇ ਜਿਹਨੂੰ ਅਰੈਸਟ ਕੀਤਾ ਵਾ ਅਤੇ ਫਰਦਰ ਇਹਦੀ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ। ਇਹੋ ਪੁੱਛਗਿੱਛ ਕਰਨ ਡੇ ਹੁਣ, ਰਿਮਾਂਡ 'ਤੇ ਲਿਆਂਦਾ ਅੱਜ, ਹੁਣ ਪੁੱਛਗਿੱਛ ਕਰਕੇ ਫਿਰ ਗਾਹ ਫਰਦਰ ਜਿੰਨਾ ਕੁ ਵੀ ਲਿਆਉਂਦਾ ਉਹਨਾਂ ਨੂੰ ਨੋਮੀਨੇਟ ਕਰਕੇ ਅਰੈਸਟ ਕੀਤਾ ਜਾਊ। ਝਬਾਲ ਅੱਡੇ ਜੀ ਇਹ, ਹਾਂ ਝਬਾਲ ਅੱਡੇ ਜੀ, ਝਬਾਲ ਅੱਡੇ ਇਹ ਕੱਲ੍ਹ ਇੱਕ ਦੋਚੀ ਉੱਥੇ ਅੰਗਰੇਜ਼ ਸਿੰਘ ਆ, ਸਨ ਆਫ ਜਰਨੇਲ ਸਿੰਘ, ਇਹਨੂੰ ਕੱਲ੍ਹ ਦੌਰਾਨੇ ਗਸ਼ਤ ਨਾਕਾਬੰਦੀ ਅਰੈਸਟ ਕੀਤਾ। ਇਹਦੀ ਗੱਡੀ ਵਿੱਚੋਂ ਸਾਨੂੰ 1430 ਨਸ਼ੀਲੀਆਂ ਗੋਲੀਆਂ ਵੱਖ ਵੱਖ ਮਾਰਕੇ ਦੀਆਂ ਬਰਾਮਦ ਹੋਈਆਂ ਵਾ, ਅਤੇ 15,200 ਡਰੱਗ ਮਣੀ ਵੀ ਮਿਲੀ ਆ। ਇਹ ਪੁੱਛ ਕੇ ਇਸ ਗੱਲ ਸਾਹਮਣੇ ਆਈ ਵੀ ਪਿੰਡਾਂ ਆਦਿ 'ਚ ਨਸ਼ੀਲੀਆਂ ਗੋਲੀਆਂ ਜਿਹੜੀਆਂ ਅੱਗੇ ਵੇਚਦਾ ਵਾ, ਅਤੇ ਇਹਦਾ ਢਿੱਲੋਂ ਮੈਡੀਕਲ ਸਟੋਰ ਨਾਂ ਦਾ ਮੈਡੀਕਲ ਸਟੋਰ ਵੀ ਹੈਗਾ ਬਾਬਾ ਬੁੱਢਾ ਸਾਹਿਬ ਅੱਡੇ 'ਤੇ, ਅਤੇ ਮੈਡੀਕਲ ਸਟੋਰ ਦੀ ਆੜ 'ਚ ਹੀ ਇਹ ਨਸ਼ੀਲੀਆਂ ਗੋਲੀਆਂ ਵੇਚਦਾ, ਅਤੇ ਜਿਹਨੂੰ ਅਰੈਸਟ ਕੀਤਾ ਵਾ ਅਤੇ ਫਰਦਰ ਇਹਦੀ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ। ਇਹੋ ਪੁੱਛਗਿੱਛ ਕਰਨ ਡੇ ਹੁਣ, ਰਿਮਾਂਡ 'ਤੇ ਲਿਆਂਦਾ ਅੱਜ, ਹੁਣ ਪੁੱਛਗਿੱਛ ਕਰਕੇ ਫਿਰ ਗਾਹ ਫਰਦਰ ਜਿੰਨਾ ਕੁ ਵੀ ਲਿਆਉਂਦਾ ਉਹਨਾਂ ਨੂੰ ਨੋਮੀਨੇਟ ਕਰਕੇ ਅਰੈਸਟ ਕੀਤਾ ਜਾਊ। ਝਬਾਲ ਅੱਡੇ ਜੀ ਇਹ, ਹਾਂ ਝਬਾਲ ਅੱਡੇ ਜੀ, ਝਬਾਲ ਅੱਡੇ ਇਹ ਕੱਲ੍ਹ ਇੱਕ ਦੋਚੀ ਉੱਥੇ ਅੰਗਰੇਜ਼ ਸਿੰਘ ਆ, ਸਨ ਆਫ ਜਰਨੇਲ ਸਿੰਘ, ਇਹਨੂੰ ਕੱਲ੍ਹ ਦੌਰਾਨੇ ਗਸ਼ਤ ਨਾਕਾਬੰਦੀ ਅਰੈਸਟ ਕੀਤਾ। ਇਹਦੀ ਗੱਡੀ ਵਿੱਚੋਂ ਸਾਨੂੰ 1430 ਨਸ਼ੀਲੀਆਂ ਗੋਲੀਆਂ ਵੱਖ ਵੱਖ ਮਾਰਕੇ ਦੀਆਂ ਬਰਾਮਦ ਹੋਈਆਂ ਵਾ, ਅਤੇ 15,200 ਡਰੱਗ ਮਣੀ ਵੀ ਮਿਲੀ ਆ। ਇਹ ਪੁੱਛ ਕੇ ਇਸ ਗੱਲ ਸਾਹਮਣੇ ਆਈ ਵੀ ਪਿੰਡਾਂ ਆਦਿ 'ਚ ਨਸ਼ੀਲੀਆਂ ਗੋਲੀਆਂ ਜਿਹੜੀਆਂ ਅੱਗੇ ਵੇਚਦਾ ਵਾ, ਅਤੇ ਇਹਦਾ ਢਿੱਲੋਂ ਮੈਡੀਕਲ ਸਟੋਰ ਨਾਂ ਦਾ ਮੈਡੀਕਲ ਸਟੋਰ ਵੀ ਹੈਗਾ ਬਾਬਾ ਬੁੱਢਾ ਸਾਹਿਬ ਅੱਡੇ 'ਤੇ, ਅਤੇ ਮੈਡੀਕਲ ਸਟੋਰ ਦੀ ਆੜ 'ਚ ਹੀ ਇਹ ਨਸ਼ੀਲੀਆਂ ਗੋਲੀਆਂ ਵੇਚਦਾ, ਅਤੇ ਜਿਹਨੂੰ ਅਰੈਸਟ ਕੀਤਾ ਵਾ ਅਤੇ ਫਰਦਰ ਇਹਦੀ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ। ਇਹੋ ਪੁੱਛਗਿੱਛ ਕਰਨ ਡੇ ਹੁਣ, ਰਿਮਾਂਡ 'ਤੇ ਲਿਆਂਦਾ ਅੱਜ, ਹੁਣ ਪੁੱਛਗਿੱਛ ਕਰਕੇ ਫਿਰ ਗਾਹ ਫਰਦਰ ਜਿੰਨਾ ਕੁ ਵੀ ਲਿਆਉਂਦਾ ਉਹਨਾਂ ਨੂੰ ਨੋਮੀਨੇਟ ਕਰਕੇ ਅਰੈਸਟ ਕੀਤਾ ਜਾਊ। ਝਬਾਲ ਅੱਡੇ ਜੀ ਇਹ, ਹਾਂ ਝਬਾਲ ਅੱਡੇ ਜੀ, ਝਬਾਲ ਅੱਡੇ ਇਹ ਕੱਲ ਇੱਕ ਦੋਚੀ ਉੱਥੇ ਅੰਗਰੇਜ਼ ਸਿੰਘ ਆ, ਸਨ ਆਫ ਜਰਨੇਲ ਸਿੰਘ, ਇਹਨੂੰ ਕੱਲ੍ਹ ਦੌਰਾਨੇ ਗਸ਼ਤ ਨਾਕਾਬੰਦੀ ਅਰੈਸਟ ਕੀਤਾ। ਇਹਦੀ ਗੱਡੀ ਵਿੱਚੋਂ ਸਾਨੂੰ 1430 ਨਸ਼ੀਲੀਆਂ ਗੋਲੀਆਂ ਵੱਖ ਵੱਖ ਮਾਰਕੇ ਦੀਆਂ ਬਰਾਮਦ ਹੋਈਆਂ ਵਾ, ਅਤੇ 15,200 ਡਰੱਗ ਮਣੀ ਵੀ ਮਿਲੀ ਆ। ਇਹ ਪੁੱਛ ਕੇ ਇਸ ਗੱਲ ਸਾਹਮਣੇ ਆਈ ਵੀ ਪਿੰਡਾਂ ਆਦਿ 'ਚ ਨਸ਼ੀਲੀਆਂ ਗੋਲੀਆਂ ਜਿਹੜੀਆਂ ਅੱਗੇ ਵੇਚਦਾ ਵਾ, ਅਤੇ ਇਹਦਾ ਢਿੱਲੋਂ ਮੈਡੀਕਲ ਸਟੋਰ ਨਾਂ ਦਾ ਮੈਡੀਕਲ ਸਟੋਰ ਵੀ ਹੈਗਾ ਬਾਬਾ ਬੁੱਢਾ ਸਾਹਿਬ ਅੱਡੇ 'ਤੇ, ਅਤੇ ਮੈਡੀਕਲ ਸਟੋਰ ਦੀ ਆੜ 'ਚ ਹੀ ਇਹ ਨਸ਼ੀਲੀਆਂ ਗੋਲੀਆਂ ਵੇਚਦਾ, ਅਤੇ ਜਿਹਨੂੰ ਅਰੈਸਟ ਕੀਤਾ ਵਾ ਅਤੇ ਫਰਦਰ ਇਹਦੀ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ। ਇਹੋ ਪੁੱਛਗਿੱਛ ਕਰਨ ਡੇ ਹੁਣ, ਰਿਮਾਂਡ 'ਤੇ ਲਿਆਂਦਾ ਅੱਜ, ਹੁਣ ਪੁੱਛਗਿੱਛ ਕਰਕੇ ਫਿਰ ਗਾਹ ਫਰਦਰ ਜਿੰਨਾ ਕੁ ਵੀ ਲਿਆਉਂਦਾ ਉਹਨਾਂ ਨੂੰ ਨੋਮੀਨੇਟ ਕਰਕੇ ਅਰੈਸਟ ਕੀਤਾ ਜਾਊ। ਝਬਾਲ ਅੱਡੇ ਜੀ ਇਹ, ਹਾਂ ਝਬਾਲ ਅੱਡੇ ਜੀ, ਝਬਾਲ ਅੱਡੇ